ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਰਾਧਾ ਸੁਆਮੀ। ਬਹੁਤ ਹੀ ਪਿਆਰਾ ਲੋਕਲ ਸੈਂਟਰ ਦਾ ਸਤਸੰਗ। ਸਤਸੰਗ ਚਾਹੇ ਬਿਆਸ ਵਿੱਚ ਹੋਵੇ, ਚਾਹੇ ਲੋਕਲ ਸੈਂਟਰ ਵਿੱਚ ਹੋਵੇ, ਜਦੋਂ ਅਸੀਂ ਉਸ ਸਤਸੰਗ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੇ ਹਾਂ ਤਾਂ ਉਹ ਸਤਿਗੁਰੂ ਦੀ ਸੱਚੀ ਸੇਵਾ ਹੈ। ਅੱਜ ਦੇ ਸਤਸੰਗ ਵਿੱਚ ਪਾਠੀ ਜੀ ਨੇ ਕਿਹਾ ਕਿ ਅਸੀਂ ਸਤਿਗੁਰੂ ਦੇ ਹੁਕਮ ਦੇ ਅਨੁਸਾਰ ਸੇਵਾ ਕਰਨੀ ਹੈ, ਨਾ ਕਿ ਆਪਣੇ ਮਨ ਦੇ ਅਨੁਸਾਰ। ਸਾਰੀਆਂ ਸੇਵਾਵਾਂ ਮੁਬਾਰਕ ਹਨ, ਚਾਹੇ ਕੋਈ ਵੀ ਸੇਵਾ ਦੀ, ਲੰਗਰ ਦੀ ਸੇਵਾ ਹੈ, ਸਫਾਈ ਦੀ ਸੇਵਾ ਹੈ, ਸਾਰੀਆਂ ਸੇਵਾਵਾਂ ਮੁਬਾਰਕ ਹਨ। ਲੇਕਿਨ ਜੋ ਸਤਿਗੁਰੂ ਨੇ ਇੱਕ ਸਭ ਤੋਂ ਵੱਡੀ ਸੇਵਾ, ਭਜਨ ਸਿਮਰਨ ਦੀ ਸੇਵਾ ਦਾ ਸਾਨੂੰ ਹੁਕਮ ਦਿੱਤਾ ਹੈ 2.5 ਘੰਟੇ ਦਾ, ਉਹਨੂੰ ਅਸੀਂ ਸਭ ਤੋਂ ਨੰਬਰ 1 'ਤੇ ਰੱਖਣਾ ਹੈ, ਰੈਂਕ 1 'ਤੇ। ਸਤਿਗੁਰੂ ਦੇ ਉਸ ਹੁਕਮ ਨੂੰ ਜ਼ਰੂਰ ਭਰਨਾ ਪੂਰਾ ਕਰਨਾ ਹੈ, ਕੋਈ ਹੋਰ ਸੇਵਾ ਕਰਕੇ ਭਜਨ ਸਿਮਰਨ ਦੀ ਸੇਵਾ ਨੂੰ ਮਿਸ ਨਹੀਂ ਕਰਨਾ। ਸਤਸੰਗ ਨੂੰ ਅੱਗੇ ਵਧਾਉਂਦਿਆਂ ਹੋਇਆਂ ਪਾਠੀ ਜੀ ਨੇ ਸਮਝਾਇਆ ਕਿ ਸਤਿਗੁਰੂ ਨੇ ਜਦੋਂ ਸੇਵਾ ਦਾ ਹੁਕਮ ਕਰ ਦਿੱਤਾ, ਫਿਰ ਉਹਦੇ ਵਿੱਚ ਮਨ ਵਿੱਚ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ। ਐਗਜ਼ਾਮਪਲ ਦਿੰਦਿਆਂ ਹੋਇਆਂ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਤੀਸਰੀ ਪਾਤਸ਼ਾਹੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਚਬੂਤਰਾ ਬਣਾਉਣ ਦੀ ਜੋ ਸੇਵਾ ਦਿੱਤੀ, ਉਹਨੂੰ 70 ਵਾਰ ਤੋੜਿਆ ਗਿਆ ਅਤੇ ਬਣਾਇਆ ਗਿਆ, ਅਤੇ ਕਈ ਸੇਵਾਦਾਰ ਤਾਂ ਸੇਵਾ ਛੱਡ ਕੇ ਹੀ ਚਲੇ ਗਏ ਕਿ ਸਤਿਗੁਰੂ ਨੂੰ ਸ਼ਾਇਦ ਸੇਵਾ ਠੀਕ ਤਰ੍ਹਾਂ ਕਰਨੀ ਨਹੀਂ ਆ ਰਹੀ ਜਾਂ ਕਰਵਾਉਣੀ ਨਹੀਂ ਆ ਰਹੀ। ਲੇਕਿਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਨੇ ਸੇਵਾ ਨਹੀਂ ਛੱਡੀ। ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਪਿਆਰੇ ਸਤਿਗੁਰੂ ਮੈਨੂੰ ਸਾਰੀ ਉਮਰ ਵੀ ਚਬੂਤਰਾ ਤੋੜਨ ਅਤੇ ਬਣਾਉਣ ਦੀ ਸੇਵਾ ਦੇਣ, ਤਾਂ ਵੀ ਮੈਂ ਇਹ ਸੇਵਾ ਕਦੀ ਨਹੀਂ ਛੱਡਾਂਗਾ। ਅਤੇ ਤੀਸਰੀ ਪਾਤਸ਼ਾਹੀ ਨੇ ਫਿਰ ਬਾਅਦ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਪਣੀ ਗੱਦੀ 'ਤੇ ਬਿਠਾਇਆ। ਦੇਖੋ, ਅਸੀਂ ਸਤਿਗੁਰੂ ਨੇ ਜੋ ਹੁਕਮ ਕਰ ਦਿੱਤਾ, ਫਿਰ ਸੇਵਾ ਕੋਈ ਵੀ ਦੇ ਦੇਣ ਸਤਿਗੁਰੂ, ਅਤੇ ਉਹਦੇ ਵਿੱਚ ਕਦੀ ਵੀ ਮਨ ਵਿੱਚ ਸ਼ੰਕਾ ਨਹੀਂ ਲਿਆਉਣੀ। ਦੇਖੋ ਕਿੰਨਾ ਸੋਹਣਾ ਐਗਜ਼ਾਮਪਲ ਦਿੱਤਾ ਹੈ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿ 70 ਵਾਰ ਚਬੂਤਰਾ ਤੋੜਿਆ ਗਿਆ, ਬਣਾਇਆ ਗਿਆ, ਅਤੇ ਕਿੰਨੇ ਸੇਵਾਦਾਰ ਸੇਵਾ ਹੀ ਛੱਡ ਕੇ ਚਲੇ ਗਏ ਕਿਉਂਕਿ ਮਨ ਵਿੱਚ ਸਤਿਗੁਰੂ ਦੇ ਪ੍ਰਤੀ ਸ਼ੰਕਾ ਆ ਗਈ। ਲੇਕਿਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸੇਵਾ ਨਹੀਂ ਛੱਡੀ, ਔਰ ਆਖਰ ਵਿੱਚ ਉਹੀ ਆਪਣੇ ਪਿਆਰੇ ਸਤਿਗੁਰੂ ਦੇ ਉੱਤਰਾਧਿਕਾਰੀ ਬਣੇ। ਇਸ ਕਰਕੇ ਇੱਕ ਅੱਗੇ ਸਤਸੰਗ ਨੂੰ ਵਧਾਉਂਦਿਆਂ ਹੋਇਆਂ ਪਾਠੀ ਜੀ ਨੇ ਕਿਹਾ ਕਿ ਚਾਹੇ ਅਸੀਂ ਜਿੰਨੀ ਮਰਜ਼ੀ ਸੇਵਾ ਕਰੀਏ, ਸਤਿਗੁਰੂ ਸਾਡੇ ਕੋਲੋਂ ਜਿੰਨੀ ਮਰਜ਼ੀ ਸੇਵਾ ਲੈਣ, ਆਪਣੇ ਬੱਚਿਆਂ ਨੂੰ ਉਹਦਾ ਜ਼ਰੂਰ ਮੋਟੀਵੇਟ ਕਰੋ, ਲੇਕਿਨ ਜਗ੍ਹਾ ਜਗ੍ਹਾ 'ਤੇ ਉਹਦਾ ਵਿਆਖਿਆਨ ਨਹੀਂ ਕਰਨਾ ਕਿ ਮੈਂ ਇੰਨੇ ਮਹੀਨਾ ਸੇਵਾ ਕਰਕੇ ਆਇਆ ਹਾਂ, 2 ਮਹੀਨੇ ਸੇਵਾ ਕਰਕੇ ਆਇਆ ਹਾਂ। ਹਾਂ, ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ ਸੇਵਾ ਵਾਸਤੇ, ਲੇਕਿਨ ਮਾਨ ਵਡਿਆਈ ਵਾਸਤੇ ਕਿਸੇ ਨੂੰ ਨਹੀਂ ਕਹਿਣਾ ਕਿ ਮੈਂ ਇੰਨੀ ਦੇਰ ਸੇਵਾ ਕੀਤੀ ਹੈ। ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਰਾਧਾ ਸੁਆਮੀ। ਇਹ ਵਚਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਗਤ ਤੱਕ ਸ਼ੇਅਰ ਕਰਨਾ ਹੈ, ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ ਡਿਜੀਟਲ ਸੇਵਾ ਨੂੰ ਪੂਰਾ ਕਰਨਾ ਹੈ।